ਅਸਲਾਮ ਅਲੈਕੁਮ ਵਰਹਿਮਤੁਲਾਹੀ ਵਬਰਕਾਤਹੂ। ਸਾਰੀਆਂ ਭੈਣਾਂ ਨੂੰ ਅਤੇ ਭਰਾਵਾਂ ਨੂੰ ਬਹੁਤ ਬਹੁਤ ਪਿਆਰ, ਮੁਹੱਬਤ, ਸਿਹਤ, ਤੰਦਰੁਸਤੀ, ਇਸਲਾਮ ਮੇਰੀ ਤਰਫੋਂ ਅਤੇ ਹੋਮ ਵਲੋਗ ਦੀ ਤਰਫੋਂ। ਇਹ ਰਾਤ ਦਾ ਸਾਡਾ ਕੀ ਬਣਾ ਰਹੇ ਹੋ ਜੀ? ਇਹ ਫਰੈਂਚ ਟੋਸਟ ਬਣ ਰਹੇ ਨੇ ਰੋਟੀ ਤੋਂ ਬਾਅਦ, ਥੋੜ੍ਹਾ ਜਿਹਾ ਮਿੱਠਾ ਮੈਂ ਕਿਹਾ ਜ਼ਰਾ ਇਸ ਤਰ੍ਹਾਂ ਦਾ ਕਰਕੇ ਬਣਾ ਕੇ ਦਿਓ, ਜ਼ਰਾ ਖਾਈਏ, ਜ਼ਰਾ ਮਜ਼ੇਦਾਰ ਬਣੇ। ਹੋਰ ਸੁਣਾਓ, ਸਭ ਖੈਰ ਕਰੀਏ ਤਾਂ? ਸਭ ਮੇਰੇ ਭੈਣ ਭਰਾ ਆਪਣਾ ਘਰ ਬਾਰ 'ਚ ਸਭ ਖੈਰ ਕਰੀਏ ਤਾਂ? ਉਹ ਆਪਣਾ ਕੋਰੋਨਾ ਵਾਇਰਸ ਅੱਲਾ ਮਾਫ਼ ਕਰੇ, ਉਹ ਜੁੜ ਗਿਆ ਲੱਤਾਂ ਨੂੰ। ਅਤੇ ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਆਲਮੋਸਟ ਉਹਨਾਂ ਨੇ ਹਰ ਚੀਜ਼ ਬੰਦ ਕਰ ਦਿੱਤੀ ਹੈ, ਅਤੇ ਸਕੂਲ ਖੁੱਲ੍ਹੇ ਹੋਏ ਨੇ ਹਜੇ, ਕਿਉਂਕਿ ਹਫ਼ਤੇ ਡੇਢ ਤੱਕ ਮੇਰੇ ਖਿਆਲ ਸਕੂਲ ਨੂੰ ਛੁੱਟੀਆਂ ਹੋ ਰਹੀਆਂ ਨੇ। ਆਪਣੇ ਬੱਚਿਆਂ ਨੂੰ ਘਰ ਪੜ੍ਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਰੱਖ ਲਓ, ਘਰ ਬੱਚੇ ਕਿੱਥੇ ਪੜ੍ਹਦੇ ਆ, ਘਰ ਤਾਂ ਸਿਰਫ ਫੋਨ ਤੇ ਆਈਪੈਡ ਹੀ ਆ। ਬੰਦ ਮਤਲਬ ਪਬ, ਸ਼ਬ, ਕਲੱਬ, ਕਸੀਨੋ ਸਿਟੀ ਦੇ ਵਿੱਚ ਉਹ ਬੰਦ, ਮਤਲਬ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਬੰਦ ਕਰ ਦਿੱਤੀਆਂ ਨਾ ਉਹਨਾਂ ਨੇ। ਕੰਪਲੀਟ ਹਰ ਚੀਜ਼ ਬੰਦ ਨਹੀਂ ਹੈ। ਹਾਂ, ਲੇਕਿਨ ਇਹ ਹੈਗਾ ਕਿ ਇੱਥੇ ਜ਼ਿਆਦਾ ਖਤਰਾ ਵਾ, ਕਿਉਂਕਿ ਇੱਥੇ ਠੰਡ ਆ ਰਹੀ ਹੈ ਅਤੇ ਠੰਡ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਸਪਰੈਡ ਹੁੰਦਾ। ਅਤੇ ਬਸ ਅੱਲਾਹ ਤਾਲਾ ਆਪਣੀ ਜ਼ੁਬਾਨ 'ਚ ਰੱਖੇ, ਅਸਤਗਫਾਰ ਦੀ ਤਸਵੀਰ ਜ਼ਿਆਦਾ ਤੋਂ ਜ਼ਿਆਦਾ ਪੜ੍ਹੋ, ਔਰ ਕੀ ਉਹਨੂੰ ਕਹਿੰਦੇ ਨੇ, ਦਰੂਦ ਪਾਕ ਜ਼ਿਆਦਾ ਪੜ੍ਹੋ, ਤਾਂ ਕਿ ਲਓ ਜੀ ਨਟਾਲਾ ਖੋਲ੍ਹ ਗਈ। ਦਰੂਦ ਪਾਕ ਜ਼ਿਆਦਾ ਪੜ੍ਹੋ ਅਤੇ ਕੋਸ਼ਿਸ਼ ਕਰੋ ਕਿ ਆਪਣੇ ਹੈਂਡ ਵਾਸ਼ ਕਰਕੇ, ਮਤਲਬ ਹਰ ਚੀਜ਼ ਕੰਮ ਕਰੋ, ਨਹੀਂ ਵੀ ਕੁਛ ਕਰਨਾ ਫਿਰ ਵੀ ਹੈਂਡ ਵਾਸ਼ ਕਰ ਲਓ। ਕੋਸ਼ਿਸ਼ ਕਰੋ ਕਿਸੇ ਦੇ ਘਰ ਨਾ ਜਾਓ, ਕੋਈ ਤੁਹਾਡੇ ਘਰ ਆਏ ਤਾਂ ਥੋੜਾ ਦੂਰ ਰਹੋ, ਥੋੜੇ ਦੇਰ ਲਈ ਬੁਰਾ ਮਨਾਉਣਗੇ, ਕੋਈ ਗੱਲ ਨਹੀਂ। ਦੇਖੋ ਤੁਸੀਂ ਅੱਲਾਹ ਤਾਲਾ ਨੇ ਕਿਵੇਂ ਦੂਰੀਆਂ ਪੈਦਾ ਕਰਤੀਆਂ, ਉਦਾਂ ਤਾਂ ਮਿਲਦੇ ਨਹੀਂ ਸੀ, ਮਤਲਬ ਇਟਲੀ, ਜਪਾਨ ਅਤੇ ਲੰਡਨ ਅਤੇ ਕੈਨੇਡਾ ਅਤੇ ਆਸਟ੍ਰੇਲੀਆ, ਲੋਕਾਂ ਕੋਲ ਟਾਈਮ ਹੀ ਨਹੀਂ ਜੀ, ਅਸੀਂ ਆ ਸੰਡੇ ਅਸੀਂ ਫਾਰਗ ਨਹੀਂ ਹੈਗੇ, ਅਸੀਂ ਇੱਧਰ ਜਾਣਾ, ਅਸੀਂ ਉੱਧਰ ਜਾਣਾ। ਨਹੀਂ, ਲੇਕਿਨ ਹੁਣ ਫਾਰਗ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਰਟੀ ਕਰੋ, ਮਿਲੋ, ਮਤਲਬ ਲੋਕੀ ਪਾਰਟੀ ਕਰਨਾ ਚਾਹੁੰਦੇ ਆ ਨਾ, ਕਿ ਚਲੋ ਆਓ ਜੀ ਤੁਸੀਂ ਇਸ ਸੰਡੇ ਸਾਡੇ ਵੱਲ ਆ ਜਾਓ, ਉੱਧਰ ਆ ਜਾਓ, ਲੋਕੀ ਮਿਲਦੇ ਆ, ਜਿਨ੍ਹਾਂ ਨੇ ਮਿਲਣਾ ਉਹ ਮਿਲਦੇ, ਜਿਨ੍ਹਾਂ ਨੇ ਨਹੀਂ ਮਿਲਦੇ ਉਹ ਨਖਰੇ ਕਰਦੇ ਕਿ ਨਹੀਂ ਜੀ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ, ਇੱਕ ਮੇਰੇ ਬੰਦੇ ਦੀ ਛੁੱਟੀ ਹੁੰਦੀ ਆ, ਅਸੀਂ ਹੁਣ ਲੋਕਾਂ ਦੇ ਘਰ ਚਲੇ ਜਾਈਏ, ਉਹ ਫਿਰ ਅੱਲਾਹ ਤਾਲਾ ਨੇ ਕਿਹਾ ਲਓ ਤੁਸੀਂ ਫਿਰ ਬੈਠੋ ਘਰ, ਕਿ ਕੰਪਲੀਟਲੀ ਤੁਸੀਂ ਸ਼ੇਕ ਹੈਂਡ ਨਹੀਂ ਕਰ ਸਕਦੇ ਆਪਣੇ ਕਿਸੇ ਮੁਸਲਮਾਨ ਬ੍ਰਦਰ ਦੇ ਨਾਲ। ਮੈਂ ਤਾਂ ਅਸਤਗਫਾਰ ਪੜ੍ਹਦਾ ਰਹਿੰਦਾ 24 ਘੰਟੇ, ਦੇਖੋ ਅੱਲਾਹ ਤਾਲਾ ਨੇ ਕਿਹੜੀ ਸਿਚੁਏਸ਼ਨ ਲਿਆਂਦੀ, ਮੱਕਾ ਮੁਕਰਮਾ ਬੰਦ ਹੋ ਗਿਆ, ਮਦੀਨਾ ਸ਼ਰੀਫ ਬੰਦ ਹੋ ਗਿਆ, ਤੁਸੀਂ ਮਤਲਬ ਦੇਖੋ ਕਿ ਪਤਾ ਨਹੀਂ ਇਸ ਸਾਲ ਹਜ ਹੁੰਦਾ ਵੀ ਹੈ ਕਿ ਨਹੀਂ, ਮਤਲਬ ਇਹ ਵੀ ਤਾਂ ਇੱਕ ਡਾਊਟ 'ਚ ਹੀ ਹੈ ਨਾ ਇੱਕ ਚੀਜ਼, ਕਿ ਉੱਥੇ ਇੱਕ ਤਾਂ ਮਤਲਬ ਕ੍ਰਾਈਸਿਸ ਚੱਲਣ ਡੇ ਨੇ ਗਵਰਨਮੈਂਟ ਦੇ ਆਪਣੇ, ਬਾਦਸ਼ਾਹ ਸਲਾਮਤ ਨੂੰ ਤਾਰਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ, ਅਤੇ ਦੂਸਰਾ ਉੱਤੋਂ ਕਰੋਨਾ ਨੇ ਆਪਣਾ ਜਿਹੜਾ ਲੈ ਲਿਆ। ਅੱਲਾਹ ਤਾਲਾ ਸਭ ਨੂੰ ਜੀ ਆਪਣੇ ਹਿਫਜ਼ ਅਮਾਨ 'ਚ ਰੱਖੇ, ਸਾਡੀ ਦੁਆ ਵਾ ਅੱਲਾਹ ਤਾਲਾ ਇਸ ਮੋਜ਼ੀ ਬਿਮਾਰੀ ਤੋਂ ਅੱਲਾਹ ਤਾਲਾ ਸਾਰਿਆਂ ਨੂੰ ਬਚਾ ਕੇ ਰੱਖੇ, ਹਰ ਇਨਸਾਨ ਨੂੰ, ਸਾਡੀਆਂ ਦੁਆਵਾਂ। ਇਨਸ਼ਾਅੱਲਾ ਅਸੀਂ ਨਮਾਜ਼ ਪੜ੍ਹਦੇ ਹਾਂ, ਤੁਸੀਂ ਵੀ ਨਮਾਜ਼ ਪੜ੍ਹਿਆ ਕਰੋ ਇਸ ਟਾਈਮ, ਬਸ ਸਿਰਫ ਤੌਬਾ ਦਾ ਟਾਈਮ ਆ, ਬਸ ਜਿੰਨੀ ਵੀ ਤੌਬਾ ਹੋ ਜਾਵੇ ਉਹ ਘੱਟ ਆ, ਬਸ 24 ਘੰਟੇ ਤੌਬਾ, ਅਸਤਗਫਾਰ, ਅਸਤਗਫਿਰੁੱਲਾਹ, ਅਸਤਗਫਿਰੁੱਲਾਹ। ਖੈਰ ਕਰੇਗਾ ਇਨਸ਼ਾਅੱਲਾ, ਇਹ ਨਾ ਹੋਵੇ ਕਿ ਜ਼ਿਆਦਾ ਫਲ ਲਿਆ ਕੇ ਘਰ ਰੱਖ ਲਓ ਤੇ ਉੱਥੋਂ ਬਿਮਾਰੀ ਸ਼ੁਰੂ ਹੋ ਜਾਵੇ ਫਲਾਂ ਦੀ, ਜਿੰਨਾ ਨਜ਼ਦੀਕ ਹੋਵੋਗੇ ਓਨਾ ਹੀ ਅੱਛਾ। ਯਾਰ ਮੌਲਾਨਾ ਤਾਰਿਕ ਜਮੀਲ ਸਾਹਿਬ ਨੇ ਦੁਆ ਕਰਾਈ ਆ, ਮਾਸ਼ਾਅੱਲਾ ਬਹੁਤ ਅੱਛੀ ਦੁਆ ਸੀ, ਉਹ ਸਭ ਅਸੀਂ ਸਭ ਨੇ ਕੀਤੀ ਆ, ਔਰ ਰੋ ਰੋ ਕੇ ਕੀਤੀ ਆ, ਬਸ ਉਹਦੇ ਕੋਲ ਮਾਫ਼ੀ ਮੰਗਣੀ ਆ, ਬਸ ਉਹਨੇ ਮਾਫ਼ ਕਰਤਾ, ਤੇ ਕੋਰੋਨਾ ਵਾਇਰਸ ਕੁਛ ਵੀ ਨਹੀਂ ਹੈਗਾ। ਚਲੋ ਠੰਡੇ ਹੋ ਰਹੇ ਫਿਰ, ਤੇ ਲਓ ਜੀ ਅਸੀਂ ਖਾ ਲਈਏ, ਜ਼ਰਾ ਠੰਡੇ ਹੋ ਰਹੇ ਆ, ਫਿਰ ਇਨਸ਼ਾਅੱਲਾ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾਹ ਤਾਲਾ ਤੁਹਾਨੂੰ ਆਪਣੇ ਸਾਰਿਆਂ ਨੂੰ ਹਿਫਜ਼ ਅਮਾਨ 'ਚ ਰੱਖੇ, ਤੁਹਾਡੇ ਬੱਚਿਆਂ ਨੂੰ, ਤੁਹਾਡੀਆਂ ਮਾਂ ਬਾਪ ਨੂੰ, ਤੁਹਾਡੀਆਂ ਫੈਮਿਲੀਆਂ ਨੂੰ, ਸਾਰਿਆਂ ਨੂੰ ਅੱਲਾਹ ਹਾਫਿਜ਼। ਅਸਲਾਮ ਅਲੈਕੁਮ।